ਕੌਣ? ਸਾਰੇ ਭਾਰਤ ਵਰਸ਼ ਦੇ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੈ, ਮਗਰ ਬੜੀ ਅਫਸੋਸ ਦੀ ਗੱਲ ਹੈ ਕਿ ਨਵੇਂ ਸਾਲ ਦੇ ਵਿੱਚ ਡਰਾਈਵਰ ਤਬਕੇ ਨੂੰ ਇੱਕ ਬੜਾ ਗਲਤ, ਇੱਕ ਬੜੇ ਕਾਲੇ ਕਾਨੂੰਨ ਦਾ ਜਿਹੜਾ ਇੱਕ ਸਾਹਮਣਾ ਕਰਨਾ ਪਿਆ, ਜਿਹੜਾ ਇੱਕ ਪ੍ਰਪੋਜ਼ਲ ਹਿੰਦੁਸਤਾਨ ਦੇ ਹੋਨੇਬਲ ਹੋਮ ਮਿਨਿਸਟਰ ਜੀ ਨੇ ਇੱਕ ਪ੍ਰਪੋਜ਼ਲ ਦਿੱਤਾ, ਉੱਦਾਂ ਅਸੀਂ ਆਲ ਜੇ ਐਂਡ ਕੇ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ, ਕਿਉਂਕਿ ਇਹ ਪ੍ਰਪੋਜ਼ਲ ਉਹ ਹੈ ਜਿੱਥੇ ਗਰੀਬ ਦਾ ਗਲਾ ਦਬਾਉਣ ਵਾਲਾ ਕੰਮ ਹੈ। ਡਰਾਈਵਰ ਕੋਈ ਵੀ ਐਸਾ ਨਹੀਂ ਚਾਹੇਗਾ ਕਦੇ ਵੀ ਜਾਣ ਕੇ ਐਕਸੀਡੈਂਟ ਕਰੇ, ਕਿਉਂਕਿ ਉਸਦੀ ਆਪਣੀ ਜਾਨ ਵੀ ਉਸ ਗੱਡੀ ਦੇ ਵਿੱਚ ਹੈ, ਉਹ ਆਪ ਵੀ ਉਸ ਗੱਡੀ ਦੇ ਵਿੱਚ ਹੈ। ਐਸਾ ਕਦੇ ਵੀ ਨਹੀਂ ਹੋ ਸਕਦਾ ਕਿ ਡਰਾਈਵਰ ਜਾਣ ਕੇ ਐਕਸੀਡੈਂਟ ਕਰੇਗਾ। ਸੋ ਅਸੀਂ ਹੋਨੇਬਲ ਹੋਮ ਮਿਨਿਸਟਰ ਜੀ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਇਸ ਜਿਹੜਾ ਪ੍ਰਪੋਜ਼ਲ ਦਿੱਤਾ ਕਾਲੇ ਕਾਨੂੰਨ ਦਾ, ਇਸ 'ਤੇ ਫਿਰ ਤੋਂ ਵਿਚਾਰ ਕੀਤਾ ਜਾਏ, ਔਰ ਜੋ ਪਹਿਲੇ ਦਾ ਪ੍ਰਾਵਧਾਨ ਹੈ, ਕਿਉਂਕਿ ਸਾਡੇ 'ਤੇ ਇੰਸ਼ੋਰੈਂਸ ਐਕਟ ਲਾਗੂ ਹੁੰਦਾ, ਅਸੀਂ ਲੱਖ ਲੱਖ ਰੁਪਏ ਇੰਸ਼ੋਰੈਂਸ ਦਿੰਦੇ ਹਾਂ, ਡਰਾਈਵਿੰਗ ਲਾਇਸੈਂਸ ਬਣਵਾਏ ਦੇਣ, ਡਰਾਈਵਿੰਗ ਲਾਇਸੈਂਸ ਸਾਡੇ ਵੈਲਿਡ ਹਨ। ਹਾਂ, ਕਿਸੇ ਡਰਾਈਵਰ ਦਾ ਕੋਈ ਡਾਕੂਮੈਂਟ 'ਚ ਕਮੀ ਹੈ, ਕੋਈ ਡਰਾਈਵਿੰਗ ਲਾਇਸੈਂਸ ਨਹੀਂ ਹੈ, ਸਾਡੇ ਹਿੱਲ ਦੇ ਡਰਾਈਵਿੰਗ ਲਾਇਸੈਂਸ ਹਨ। ਅਗਰ ਡਰਾਈਵਿੰਗ ਲਾਇਸੈਂਸ ਵੈਲਿਡ ਹਨ ਔਰ ਇੰਸ਼ੋਰੈਂਸ ਹੈ, ਡਾਕੂਮੈਂਟਸ ਪੂਰੇ ਹਨ, ਫਿਰ ਜਿਹੜਾ ਪੁਰਾਣਾ ਪ੍ਰਾਵਧਾਨ ਸੀ ਉਸ ਪ੍ਰਾਵਧਾਨ ਦੇ ਤਹਿਤ ਹੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ। ਇਸ ਨਵੇਂ ਪ੍ਰਪੋਜ਼ਲ ਦਾ ਅਸੀਂ ਕੜੇ ਸ਼ਬਦਾਂ ਦੇ ਵਿੱਚ ਖੰਡਨ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਪ੍ਰਪੋਜ਼ਲ ਹੈ ਇਸ ਨੂੰ ਵਾਪਸ ਲਿਆ ਜਾਏ ਔਰ ਪੁਰਾਣੇ ਪ੍ਰਾਵਧਾਨ ਨੂੰ ਹੀ ਬਹਾਲ ਰੱਖਿਆ ਜਾਏ। ਕਾਲਾ ਕਾਨੂੰਨ ਵਾਪਸ ਕਰੋ। ਹਾਂਜੀ, ਅਸੀਂ ਸਾਰੇ ਡਰਾਈਵਰ ਸਾਹਿਬਾਂ ਨੂੰ ਇਹ ਬੇਨਤੀ ਕਰਤੀ ਹੈ ਕਿ ਕੋਈ ਵੀ ਰਿਸਕ ਨਾ ਲਏ। ਉਸ ਦੇ ਵਿੱਚ ਖਾਲੀ ਟਰਾਂਸਪੋਰਟ ਹੀ ਨਹੀਂ ਹੈ, ਇਹ ਆਲ ਇੰਡੀਆ ਦੀ ਆਵਾਮ ਹੈ, ਕਿਉਂਕਿ ਤੁਸੀਂ ਵੀ ਗੱਡੀਆਂ ਚਲਾਉਂਦੇ ਹੋ, ਤੁਸੀਂ ਵੀ ਡਰਾਈਵਰ ਹੋ, ਹਰ ਇੱਕ ਬੰਦਾ ਜਿਹੜਾ ਗੱਡੀ ਚਲਾ ਰਿਹਾ ਉਹ ਡਰਾਈਵਰ ਹੈ। ਇਹ ਖਾਲੀ ਟਰਾਂਸਪੋਰਟ ਦੇ ਸਿਰ 'ਤੇ ਨਹੀਂ ਪਈ ਕਿ ਅਸੀਂ ਅੱਜ ਬੰਦ ਦੀ ਕਾਲ ਦੇ ਰਹੇ ਹਾਂ, ਅਸੀਂ ਹਿੰਦੁਸਤਾਨ ਦੀ ਆਵਾਮ ਦੇ ਲਈ ਜਿਹੜੀ ਹੈ ਅਸੀਂ ਇਹ ਬੰਦ ਦੀ ਕਾਲ ਦੇ ਰਹੇ ਹਾਂ, ਕਿਉਂਕਿ ਇਹ ਜਿਹੜੇ ਕਾਨੂੰਨ ਹਨ ਇਹ ਪੂਰੇ ਹਿੰਦੁਸਤਾਨ ਦੀ ਆਵਾਮ ਨੂੰ ਇਫੈਕਟ ਕਰਨਗੇ। ਸੋ ਅਸੀਂ ਹੁਣ ਤੋਂ ਲੈ ਕੇ ਟੋਟਲ ਬੰਦ, ਸਾਡਾ ਵੈਸੇ ਕੱਲ੍ਹ ਤੋਂ ਲੈ ਕੇ ਰੂਟ ਬੰਦ ਸਨ, ਮਗਰ ਅਸੀਂ ਓਫਿਸ਼ੀਅਲੀ ਅਨਾਊਂਸ ਜਿਹੜੀ ਹੈ ਹੁਣ ਕਰ ਰਹੇ ਹਾਂ ਕਿ ਸਾਡੀਆਂ ਟੋਟਲ ਗੱਡੀਆਂ ਜਿਹੜੀਆਂ ਬੰਦ ਰਹਿਣਗੀਆਂ। ਉਹ ਟੋਟਲ ਪ੍ਰਾਈਵੇਟ ਵਾਲੇ ਵੀ ਜਿਹੜੇ ਸਾਡੇ ਬੰਦੇ ਹਨ, ਜਿਹੜੇ ਵੀ ਸਾਡੀ ਆਵਾਜ਼ ਇਹਨਾਂ ਤੱਕ ਪਹੁੰਚ ਰਹੀ ਹੈ, ਹਰ ਇੱਕ ਨੂੰ ਇਹ ਰਿਕੁਐਸਟ ਹੈ ਕਿ ਟੋਟਲ ਗੱਡੀਆਂ ਆਪਣੀਆਂ ਖੜੀਆਂ ਕੀਤੀਆਂ ਜਾਣ, ਤਾਂ ਕਿ ਇਸ ਕਾਲੇ ਕਾਨੂੰਨ ਦਾ ਪ੍ਰਪੋਜ਼ਲ ਜਿਹੜਾ ਵਾਪਸ ਲਿਆ ਜਾਏ। ਕਾਲਾ ਕਾਨੂੰਨ ਵਾਪਸ ਕਰੋ। ਯੂਨੀਅਨ।